ਲੀਡਰਾਂ ਦੇ ਸਿਰ ਚੋਣਾਂ ਦਾ ਬੁਖਾਰ ਇਸ ਕਦਰ ਚੜਿਆ ਹੋਇਆ ਕਿ ਉਹ ਰੈਲੀਆਂ ਕਰਨ ਲਈ ਜ਼ਰੂਰੀ ਨਹੀਂ ਸਮਝਦੇ ਕਿ ਮਨਜ਼ੂਰੀ ਲਈ ਜਾਵੇ। ਅਜਿਹਾ ਹੀ ਕੀਤਾ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਮੋਗਾ ਦੇ ਚੋਣ ਕਮਿਸ਼ਨ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ। ਲੀਡਰ ਚੋਣ ਦੇ ਪ੍ਰਚਾਰ ਇਸ ਕਦਰ ਰੁੱਝੇ ਹੋਏ ਨੇ ਕਿ ਉਹ ਪਰਮਿਸ਼ਨ ਲੈਣੀ ਵੀ ਜ਼ਰੂਰੀ ਨਹੀਂ ਸਮਝਦੇ ਅਤੇ ਬਿਨਾਂ ਪਰਮਿਸ਼ਨ ਤੋਂ ਹੀ ਚੋਣ ਪ੍ਰਚਾਰ ਕਰਨ ਦੇ ਵਿੱਚ ਲੱਗੇ ਹੋਏ ਨੇ। ਅਜਿਹਾ ਹੀ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਨੇ ਕੀਤਾ, ਜਿਨ੍ਹਾਂ ਦੇ ਵੱਲੋਂ ਬਿਨਾਂ ਪਰਮਿਸ਼ਨ ਲਏ ਚੋਣ ਪ੍ਰਚਾਰ ਕੀਤਾ ਗਿਆ, ਜਿਸ ਦੇ ਚੱਲਦਿਆਂ ਮੋਗਾ ਦੇ ਚੋਣ ਕਮਿਸ਼ਨ ਵੱਲੋਂ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਅਤੇ ਦੋਸ਼ ਲਗਾਇਆ ਗਿਆ ਕਿ ਮੁਹੰਮਦ ਸਦੀਕ ਵੱਲੋਂ ਮੋਗਾ ਵਿਧਾਨ ਸਭਾ ਹਲਕੇ ਦੇ ਕਈ ਪਿੰਡਾਂ ਦੇ ਵਿੱਚ ਬਿਨਾਂ ਆਗਿਆ ਤੋਂ ਹੀ ਚੋਣ ਰੈਲੀਆਂ ਕੀਤੀਆਂ ਗਈਆਂ। ਉੱਥੇ ਚੋਣ ਅਧਿਕਾਰੀ ਨੇ ਇਹ ਵੀ ਕਿਹਾ ਕਿ ਇਸ ਰੈਲੀ ਦੇ ਉੱਤੇ ਕਿੰਨਾ ਖਰਚਾ ਆਇਆ ਉਸ ਦੀ ਜਾਣਕਾਰੀ ਵੀ ਦਿੱਤੀ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਕਾਰਨ ਦੱਸੋ ਨੋਟਿਸ ਦਾ ਜਵਾਬ ਦੇ ਵਿੱਚ ਮੁਹੰਮਦ ਸਦੀਕ ਵੱਲੋਂ ਕੀ ਕਿਹਾ ਜਾਂਦਾ ਅਤੇ ਕਿਸ ਤਰੀਕੇ ਨਾਲ ਉਹ ਆਪਣੀ ਸਫਾਈ ਪੇਸ਼ ਕਰਨਗੇ। ਇਹਨਾਂ ਨੇ ਇੱਥੇ ਮੋਗੇ ਜ਼ਿਲ੍ਹੇ ਵਿੱਚ ਕੁਛ ਮੀਟਿੰਗਸ ਕੀਤੀਆਂ ਹੈਗੀਆਂ, ਜਿਹਦੇ ਬਾਰੇ ਸੰਬੰਧਿਤ ਜਿਹੜੇ ARO ਨੇ SDM ਮੋਗਾ, ਇਹਨਾਂ ਨੇ ਨੋਟਿਸ ਕੱਢਿਆ ਹੈਗਾ ਕਿ ਇਹਨਾਂ ਨੇ ਪਰਮਿਸ਼ਨ ਲਿੱਤੇ ਬਗੈਰ, ਸਾਨੂੰ ਇਨਫੋਰਮ ਕੀਤੇ ਬਗੈਰ ਇਹ ਰੈਲੀ ਕੀਤੀ ਹੈ ਜਾਂ ਪ੍ਰੋਗਰਾਮ ਕੀਤਾ ਹੈ। ਸੋ ਇਹਦੇ ਵਿੱਚ ਉਮੀਦਵਾਰ ਨੇ ਇਨਫੋਰਮ ਕਰਨਾ ਹੁੰਦਾ ਹੈ ਤਾਂ ਕਿ ਉੱਥੇ ਜਿਹੜੀ ਵੀ ਮੀਟਿੰਗ ਜਾਂ ਜਿਹੜੀ ਵੀ ਰੈਲੀ ਕੀਤੀ ਹੋਏ ਉਹਨੂੰ ਕਵਰ ਕਰਕੇ ਉਹਦੇ ਵਿੱਚ ਜੋ ਖਰਚਾ ਹੈ ਉਹ ਖਰਚੇ ਦਾ ਜਿਹੜਾ ਇੱਕ ਜਾਇਜ਼ਾ ਲਿੱਤਾ ਜਾ ਸਕੇ। ਸੋ ਉਹਨਾਂ ਨੂੰ ਨੋਟਿਸ ਕੱਢਿਆ ਗਿਆ ਹੈਗਾ ਵੀ ਇੱਕ ਤਾਂ ਤੁਸੀਂ ਬਗੈਰ ਪਰਮਿਸ਼ਨ ਦੇ ਕੀਤਾ ਹੈਗਾ, ਸੋ ਬਗੈਰ ਪਰਮਿਸ਼ਨ ਦੇ ਕੀਤਾ ਉਹਦਾ ਕਾਰਨ ਦੱਸਿਆ ਜਾਵੇ, ਔਰ ਦੂਸਰਾ ਕਿ ਇਹ ਜਿਹੜਾ ਖਰਚਾ ਕੀਤਾ ਹੈਗਾ ਕਿੰਨਾ ਖਰਚਾ ਹੋਇਆ, ਕਿੰਨਾ ਖਰਚਾ ਬੁੱਕ ਕੀਤਾ ਹੈ, ਉਹਦੀ ਸਾਰੀ ਤਫਸੀਲ ਦਿੱਤੀ ਜਾਵੇ।